ਇੱਦਾਂ ਸਾਰੇ ਆਪਣਾ ਬਾਈ ਡੇ 1 ਵਲੌਗ ਆ ਠੀਕ ਆ ਆਪਾਂ ਤੁਹਾਨੂੰ ਦੱਸਿਆ ਸੀ ਪਿਛਲੀ ਵੀਡੀਓ ਦੇ ਵਿੱਚ ਕਿ ਇਹਦਾ ਰਿਵਿਊ ਦੇਣਾ ਆਪਾਂ ਸਪਲੈਂਡਰ ਦਾ ਅਤੇ ਚਲੋ ਬਾਈ ਵਲੌਗ ਨੂੰ ਕਰਦੇ ਸਟਾਰਟ ਲਾਈਕ ਕਮੈਂਟ ਸਬਸਕ੍ਰਾਈਬ ਕਰ ਦਿਓ ਚਲੋ ਆਪਾਂ ਇੱਕ ਵਾਕ ਗਰਾਊਂਡ ਵੀਡੀਓ ਕਰ ਲੈਂਦੇ ਹਾਂ ਅੱਖਾਂ ਵਿੱਚ ਭਾਵੇਂ ਰੜਕਾਂ ਮੈਂ ਕਈਆਂ ਦੇ ਚਾਉਣ ਵਾਲੇ ਖੁਸ਼ ਬਿੰਦੇ ਬਿੰਦੇ ਦੇ A few moments later. ਇਹ ਬਾਬਿਓ ਇਹ ਆਪਣਾ ਹੈਗਾ BS6 2022 ਮਾਡਲ 15 ਕੁ ਦਿਨ ਹੋਏ ਨੇ ਦਿਖਾ ਦਿੰਦਾ ਤੁਹਾਨੂੰ ਕਿੰਨਾ ਕੁ ਚੱਲਿਆ 12 ਕੁ ਸੌ ਹੀ ਚੱਲਿਆ ਦੇਖੋ ਅਤੇ ਇਹਦੇ 'ਚ ਆਪਾਂ ਦੱਸਦੇ ਹਾਂ ਕੀ ਡਿਫਰੈਂਸ ਆ ਆਹ ਹੈਗਾ BS4 2000 ਕਿਹੜਾ ਮਾਡਲ ਆ 18 ਮਾਡਲ ਅਤੇ ਗੱਲ ਕਰਦੇ ਹਾਂ ਸਟਾਰਟ ਅਤੇ ਦੇਖੋ ਬਾਈ ਆਹ ਜਿਹੜਾ ਆਪਣਾ 18 ਮਾਡਲ ਹੁੰਦਾ ਇਹ 'ਚ ਕਾਰਬੋਰੇਟਰ ਦੇ ਦਿੰਦੇ ਨੇ ਕਹਿੰਦੇ ਤੇਲ ਬਾਂਦਰ ਆਉਣ ਆ ਬੰਦ ਕਰਿਆ ਸਾਲੇ ਤੂੰ ਤੇਲ ਅਤੇ ਬਾਂਦਰ ਆਉਣ ਦਾ ਆਪਸ਼ਨ ਆ ਜਾਂਦਾ ਰੇਸ ਸਲੋ ਵੱਧਦਾ ਆ ਜਾਂਦਾ ਠੀਕ ਹੈ ਔਰ ਆਪਣੇ ਇੱਧਰ ਇੰਜੈਕਟਰ ਆ ਜਾਂਦੀ ਹੈ BS6 ਅਤੇ ਕੁਛ ਨਹੀਂ ਹੈਗਾ ਦੇਖ ਲਓ ਇੱਕ ਉਰੇ ਛੋਟੀ ਤੁੱਕੀ ਆ ਰੇਸ ਵੱਜ ਜਾਂਦੀ ਹੈ ਕੁਛ ਨਹੀਂ ਸਪੀਡ 'ਚ 5 ਕੁ ਦਾ ਫਰਕ ਆਉਂਦਾ ਮੁਸ਼ਕਿਲ ਨਾਲ ਅਤੇ ਇਹਦੇ 'ਚ ਆਪਾਂ ਨਿੱਕੀ ਮੋਟੀ ਮੋਡੀਫਿਕੇਸ਼ਨ ਕਰਾਈ ਆ ਜਿਵੇਂ ਕਿ ਪੂੰਛ ਵਧਾਈ ਆ ਮੋਟਾ ਟਾਇਰ ਅਤੇ ਇੱਥੇ ਆਪਣੇ ਗਾਰਡ ਜਾਂਦਾ ਉਹ ਬਣਵਾਇਆ ਹੋਇਆ ਸ਼ੀਸ਼ੇ ਤਰਵਾਏ ਹੋਏ ਨੇ ਹੋਰ ਤਾਂ ਕੁਛ ਕਰਾਇਆ ਨਹੀਂ ਹਾਲੇ ਬਾਕੀ ਕਰਵਾਉਂਦੇ ਹਾਂ ਸੂਨ ਅਤੇ ਆਪਾਂ ਇਹਦੇ 'ਚ ਲੋਏ ਦੀ ਗੱਲ ਕਰੀ ਸੀਗੀ ਅਤੇ ਤੁਸੀਂ ਕਮੈਂਟ ਕਰਕੇ ਦੱਸਿਓ ਕਿਹੜੇ ਲਾਏ ਪਵਾਈ ਇਹਦੇ 'ਚ ਮਰਸਡੀਜ਼ ਵਾਲੇ ਆ ਐੱਸ ਵਾਲੇ ਮੇਰੇ ਹਿਸਾਬ ਨਾਲ ਐੱਸ ਵਧੀਆ ਰਹਿਣਗੇ ਅਤੇ ਪਾਉਣ ਤੋਂ ਬਾਅਦ ਆਪਾਂ ਰਿਵਿਊ ਦੇ ਦਾਂਗੇ ਚੈਨਲ 'ਤੇ ਬਣੇ ਰਹੋ ਠੀਕ ਆ ਬਾਕੀ ਬਾਈ ਇਹਦਾ ਮੱਡ ਗਾਰਡ ਦਾ ਫਾਇਦਾ ਵੀ ਹੈ ਨੁਕਸਾਨ ਵੀ ਹੈ ਜਿਵੇਂ ਇਹਨੂੰ ਬਣਾਏ ਅਤੇ ਇੱਥੇ ਮਿੱਟੀ ਦੇਖ ਲਓ ਤੁਸੀਂ ਕਿੰਨੀ ਜ਼ਿਆਦਾ ਉੱਤੇ ਚੱਕ ਕੇ ਠੀਕ ਹੈ ਇੱਥੇ ਤੱਕ ਮਿੱਟੀ ਚੱਕ ਕੇ ਬੈਗ ਉੱਤੇ ਕੁਛ ਵੀ ਹੁੰਦਾ ਬੰਦੇ ਤੱਕ ਪੈ ਜਾਂਦੀ ਹੈ ਅੱਜ ਦੀ ਵੀਡੀਓ 'ਚ ਇੰਨਾ ਕੀ ਸੀਗਾ ਰਿਵਿਊ ਦੇਣਾ ਦੀ ਸਪਲੈਂਡਰ ਦਾ ਆਪਾਂ ਦੇਤਾ ਅਤੇ ਅਗਲੀ ਵੀਡੀਓ ਤੱਕ ਬਣੇ ਰਹੋ ਠੀਕ ਹੈ ਅਤੇ ਟਰੈਕਟਰ ਮੋਡੀਫਿਕੇਸ਼ਨ ਦਾ ਵੀ ਵਲੋਗ ਪਾਵਾਂਗੇ ਉਹ ਵੀ ਬਣਿਆ ਪਿਆ ਅਤੇ ਫਾਰਮ ਟਰੈਕ ਦਾ ਵਲੋਗ ਆਊਗਾ ਬਣੇ ਰਹੋ ਅਤੇ ਆਹ ਸੀ ਆਪਣਾ ਵਲੋਗ ਬਣੇ ਰਹੋ ਚੈਨਲ 'ਤੇ ਟਿਲ ਦੈਨ ਪੀਸ ਆਊਟ